ਕਾਜ, ਕੋਈ ਕੰਮ ਸਿਰੇ ਨਾ ਚੜ੍ਹਦਾ ਹੋਵੇ ਤਾਂ ਮੇਰਾ ਬਾਪੂ ਕਹਿੰਦਾ ਮੈਂ ਗਰੰਟੀ ਦੇਣਾ ਪੁੱਤ, ਅੰਬਾਲੇ ਬਾਰਡਰ 'ਤੇ ਬੈਠਾ ਹੈ, ਬਾਦਲ ਪਿੰਡ ਵਿੱਚ ਬੈਠਾ ਹੈ, ਪਟਿਆਲੇ ਵਿੱਚ ਬੈਠਾ ਹੈ, ਕਿਤੇ ਵੀ ਤੂੰ ਬੈਠਾ ਹੈ, ਤੂੰ ਸਾਰੀ ਐਨਰਜੀ ਰੱਬ ਦੇ ਨਾਮ ਉੱਤੇ ਲਾ। ਮੈਂ ਤੈਨੂੰ ਕਹਿੰਦਾ ਮੈਂ ਤੈਨੂੰ ਜ਼ਮੀਨਾਂ ਦੇ ਹੱਕ ਨਹੀਂ ਦਵਾਊਂਗਾ, ਮੈਂ ਤੈਨੂੰ ਰਾਜ ਬਖਸ਼ੂੰ। ਇਹ ਲਿਖਿਆ ਕਿ ਨਹੀਂ? ਚੇਤਾ ਵੇ ਉਸ ਪਾਰ ਮਨੁ ਤਾਂ ਨੇਚਲ ਹੋਵੇ, ਲਿਖਿਆ। ਕਮਾਲ ਦੀ ਗੱਲ ਆ, ਸਿੱਖ ਮੰਨਣ ਨੂੰ ਰਾਜੀ ਨਹੀਂ, ਕਿਹਦੀ ਸੁਣਦਾ? ਫਿਰ ਕਿਸੇ ਝੂਠੇ ਦੀ ਸੁਣਨਗੇ? ਫਿਰ ਕੋਈ ਝੂਠਾ ਆਣ ਕੇ ਆਖੂਗੇ ਚਲੋ ਤੁਹਾਡੀ ਗੱਲ ਕਰਦੇ ਵਿਚੋਲੇ ਬਣਦੇ ਆ? ਕੋਲ ਕਮਾਈ ਤੇ ਸਮਿੱਤਰ ਵਿਚੋਲੇ, ਮਾਲਕ ਦੀ ਗੱਲ ਕਿਉਂ ਨਹੀਂ ਮੰਨਦਾ ਸੰਸਾਰ? ਅੱਜ ਵੀ ਸਮਾਜ ਮੰਨ ਕੇ ਰਾਜੀ ਨਹੀਂ। ਉੱਥੇ ਵੀ ਜਿਹੜੇ ਸਿੰਘ ਬੈਠੇ ਨੇ ਉਹਨਾਂ ਦੇ ਵੀ ਮੈਂ ਲੈਕਚਰ ਸੁਣ ਰਿਹਾ, ਲੈਕਚਰ ਤਾਂ ਕਰ ਰਹੇ ਹੋ, ਸਾਰੀ ਐਨਰਜੀ ਤੁਸੀਂ ਬਾਣੀ 'ਤੇ ਲਾਓ ਬਈ, ਕਿ ਉੱਥੇ ਸਿਮਰਨ ਕਰੋ, ਬਾਣੀ ਪੜ੍ਹੋ। ਸਿਮਰਨ ਦੇ ਵਿੱਚ ਹੀ ਪਾਵਰ ਆ, ਬਾਣੀ ਵਿੱਚ ਹੀ ਪਾਵਰ ਆ। ਜਿਹੜੇ ਤੁਸੀਂ ਲੈਕਚਰ ਦੇ ਰਹੇ, ਕਦੀ ਕਿਸੇ ਨੂੰ ਖਿਲਾਰ ਦਿੰਦੇ ਹੋ, ਕੋਈ ਗਲਤ ਸ਼ਬਦ ਬੋਲ ਜੂਗਾ, ਵਾਇਲੈਂਸ ਹੋ ਜੂਗੀ, ਲੜਾਈ ਹੋ ਜੂਗੀ ਜਾਂ ਝਗੜਾ ਹੋ ਜੂਗਾ, ਉਹਦੇ 'ਚੋਂ ਤੁਹਾਨੂੰ ਕੀ ਮਿਲੂ? ਤੁਸੀਂ ਬੈਠੇ ਹੋ ਜੀ, ਜਿੰਨਾ ਚਿਰ ਸਾਨੂੰ ਨਿਆਂ ਨਹੀਂ ਮਿਲਦਾ, ਅਸੀਂ ਇੱਥੇ ਬੈਠੇ ਸਿਮਰਨ ਕਰਨਾ, ਭੁੱਖੇ ਹਾਂ, ਮਾੜੇ ਹਾਂ, ਚੰਗੇ ਹਾਂ। ਇੱਕ ਵੇ ਆ ਜਿਹੜਾ ਗੁਰੂ ਨੇ ਦੱਸਿਆ, ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨੇਚਲ ਹੋਵੇ ਰਾਜ। ਮੈਂ ਤੁਹਾਨੂੰ ਰਾਜ ਬਖਸ਼ਦਾ। ਤੁਸੀਂ ਕਿਸਾਨੀ ਦੇ ਹੱਕ ਮੰਗਦੇ ਹੋ, ਮੇਰਾ ਗੁਰੂ ਕਹਿੰਦਾ ਮੈਂ ਤੁਹਾਨੂੰ ਪਾਤਸ਼ਾਹ ਹੀ ਦੇਣਾ। ਮਗਰ ਜੇ ਇੱਕ ਗੁਰ ਕੀ ਸਿੱਖ ਸੁਣ ਕੇ ਹੀ ਰਾਜੀ ਨਹੀਂ, ਰੱਬ ਦੀ ਗੱਲ ਹੀ ਸੁਣ ਕੇ ਨਹੀਂ ਰਾਜੀ, ਇੰਨਾ ਰੱਬ ਨਾਲੋਂ ਇਹਨੂੰ ਦੂਰ ਕਰਤਾ ਹੈ, ਸਮੇਂ ਨੇ ਦੂਰ ਕਰਤਾ ਹੈ ਰੱਬ ਦੀ ਗੱਲ 'ਤੇ। ਇੱਕ ਤਿੰਨ ਪੈਸੇ ਦੇ ਫਿਰ ਕੋਈ ਝੂਠਾ ਆਊਗਾ, ਕੋਈ ਥਰਡ ਪਰਸਨ ਨਿਕਲੂਗਾ, ਮੈਂ ਲੱਗਦਾ ਅੱਗੇ, ਕੱਲ੍ਹ ਨੂੰ ਉਹ ਧੋਖਾ ਦੇ ਜੂ, ਨਹੀਂ ਪਤਾ ਲੱਗਾ ਕੱਲ੍ਹ ਨੂੰ ਉਹ ਵੀ ਜਾ ਕੇ ਵੇਖ ਜੂ, ਧੋਖਾ ਦੇ ਜੂ। ਰੱਬ ਤਾਂ ਵੀ ਕਣੋ ਰਿਹਾ, ਹਰ ਬਿਸਰਤ ਸਦਾ ਅੱਗੇ ਲਿਖਿਆ ਤਾਕੋ, ਉਹਦੇ ਆਸਰੇ 'ਚ ਆ ਜਾਓ। ਜਿੱਥੇ ਲਿਖਿਆ ਹੈ ਵੀ ਜਿਹੜਾ ਉਹਦੇ ਆਸਰੇ 'ਚ ਰਹੂਗਾ ਉਹਨੂੰ ਧੋਖਾ ਨਹੀਂ ਹੋ ਸਕਦਾ। ਮਗਰ ਅੱਜ ਵੀ ਸਿੱਖ ਜਿੰਨੇ ਪਰਸੈਂਟ ਰੁਲ 'ਤੇ ਅਸੀਂ ਰਹੇ ਹਾਂ, ਸਿੱਖ ਸਰੂਪ ਹੀ ਰੁਲ ਰਹੇ ਹਾਂ, ਮਗਰ ਅੱਜ ਵੀ ਇਸ ਗੱਲ 'ਤੇ ਆਣ ਕੇ ਰਾਜੀ ਨਹੀਂ ਵੀ ਮੇਰਾ ਗੁਰੂ ਕਹਿੰਦਾ ਚੇਤਾ ਆਵੇ ਉਸ ਪਾਰ ਬ੍ਰਹਮ ਤਾਂ ਨੇਚਲ ਹੋਵੇ ਰਾਜ। ਆਓ ਪੁੱਤ, ਮੈਂ ਰਾਜ ਬਖਸ਼ਾਂ ਤੁਹਾਨੂੰ, ਤੁਹਾਨੂੰ ਮੈਂ ਰੁਲਣ ਨੂੰ ਥੋੜ੍ਹਾ ਬਾਲਿਆ ਸੀ, ਇਨ ਗਰੀਬ ਸਿੱਖਣ ਕੋ ਦੇਊਂ ਪਾਤਸ਼ਾਹੀ, ਮੈਂ ਤੁਹਾਨੂੰ ਪਾਤਸ਼ਾਹੀਆਂ, ਤੁਹਾਡੀਆਂ ਪਾਤਸ਼ਾਹੀਆਂ ਇਸੇ ਕਰਕੇ ਰੁਲੀਆਂ ਵੀ ਤੁਹਾਡੇ ਘਰਾਂ 'ਚ ਨਿਤਨੇਮ ਨਹੀਂ ਹੈਗਾ, ਸਿਮਰਨ ਨਹੀਂ ਹੈਗਾ, ਬੰਦਗੀ ਨਹੀਂ ਹੈਗੀ ਤੁਹਾਡੇ ਘਰਾਂ 'ਚ, ਤੁਹਾਡੇ ਬੱਚੇ ਹੁਣ ਨਿਤਨੇਮ ਨਹੀਂ ਕਰਦੇ, ਤਾਂ ਕਰਕੇ ਰੁਲੇ ਹੋ ਤੁਸੀਂ। ਇੱਕ ਦਰਖਤ ਨਾਲੋਂ ਟੁੱਟਾ ਪੱਤਾ ਜਿਤਨਾ ਸੁੱਕ ਕੇ ਪੀਲਾ ਹੋ ਕੇ ਸੁੱਕ ਜਾਂਦਾ ਵਿਚਾਰਾ, ਅੱਗ ਲੱਗ ਜਾਂਦੀ, ਇਸ ਤਰ੍ਹਾਂ ਹੀ ਅੱਜ ਤੁਹਾਡੀ ਕਗਾਰ 'ਤੇ ਤੁਸੀਂ ਖਲੋਤੇ ਹੋ। ਮੈਂ ਕਹਿੰਦਾ ਅੱਜ ਵੀ ਇੱਕ ਇੱਕ ਮੇਰਾ ਗੁਰੂ ਆ ਨਾਨਕ, ਇੱਕ ਸ੍ਰੀ ਧਰਨਾਥ ਜੇ ਟੁੱਟੇ ਲੇ ਸਾਂਠ, ਸਾਂਠ ਗਾਂਠ, ਸਾਂਠ ਗਾਂਠ ਆਪ ਨਹੀਂ ਕਰ ਦਿੰਦੇ, ਨਾਨਕ ਇੱਕ ਸ੍ਰੀ ਧਰ, ਇੱਕ ਸ੍ਰੀ ਧਰਨਾਥ ਆ, ਜੇ ਤੁਸੀਂ ਟੁੱਟ ਵੀ ਗਏ ਹੋ ਤੇ ਹੁਣ ਦਿੱਲੀ ਵੱਲ ਨੂੰ ਮੂੰਹ ਨਾ ਕਰੋ, ਹੁਣ ਅਨੰਦਪੁਰ ਸਾਹਿਬ ਵੱਲ ਨੂੰ ਮੂੰਹ ਕਰੋ, ਅਨੰਦਪੁਰ ਸਾਹਿਬ ਵੱਲ ਮੂੰਹ ਕਰਕੇ ਕਹੋ ਰਾਖ ਲਿਓ ਪੱਤ ਮੇਰੀ ਹਰਜੂ, ਰਾਖ ਲਿਓ ਪੱਤ, ਜਮ ਕੋ ਤਰਾਸ ਪਇਓ ਔਰ ਅੰਤਰ, ਮੇਰੇ ਅੰਦਰ ਇਹਨਾਂ ਜਮਾਂ ਦਾ ਡਰ ਪੈਦਾ ਹੋ ਗਿਆ, ਮੈਨੂੰ ਖਾ ਜਾਣਗੇ, ਮੇਰੀਆਂ ਆਉਣੀਆਂ ਵਾਲੇ ਨਸਲਾਂ ਨੂੰ ਖਾ ਜਾਣਗੇ, ਸ਼ਰਨ ਗਹੀ ਕਿਰਪਾ ਨਿਧ ਤੇਰੀ, ਉਹਦੀ ਸ਼ਰਨ ਵਿੱਚ ਜਾਓ, ਜੇਤੇ ਸ਼ਰਨ ਐ ਹੈ ਤੇ ਰਾਖ ਲੈ ਹੈ, ਵਰਨਾ ਬਿਨਾਂ ਸ਼ਰਨ ਤਾਕੀ ਨਹੀਂ ਔਰ ਓਟੰਗ, ਬਚੇਗਾ ਨਾ ਕੋਈ ਕਰੇ ਕਾਲ ਚੋਟੰਗ, ਕਾਲ ਚੋਟਾਂ ਮਾਰ ਰਿਹਾ ਤੇ ਅੱਗੇ ਵੱਜਣਗੀਆਂ, ਹੱਥ ਜੋੜ ਕੇ ਬੇਨਤੀ, ਕਿਸੇ ਨੇ ਬਾਂਹ ਨਹੀਂ ਫੜਨੀ, ਇੱਕ ਵਜਨ